ਮਹਿਲਾ ਕੌਂਸਲਰ ਅਤੇ ਯੂਥ ਕਾਂਗਰਸ ਦੇ ਆਗੂ ਦੇ ਘਰ ਦੇ ਬਾਹਰ ਦੇਰ ਰਾਤ ਨਕਾਬਪੋਸ਼ ਨੇ ਚਲਾਈਆਂ ਗੋਲੀਆਂ। ਜੀਆਂ ਦੱਸ ਦੇਗੀ ਵੱਡੀ ਖਬਰ ਨਿਕਲੀ ਜੇ ਸਾਹਮਣੇ ਆਈ ਹੈ ਕਿ ਬੀਤੀ ਰਾਤ ਗੁਰਦਾਸਪੁਰ ਦੇ ਵਿੱਚ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕੁਲ ਮਹਾਜਨ ਦੇ ਘਰ ਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਨੇ। ਘਰ ਦੇ ਗੇਟ ਅਤੇ ਛੱਤ ਵਿੱਚ ਲੱਗੀਆਂ ਗੋਲੀਆਂ, ਮੌਕੇ ਤੇ ਪੁਲਿਸ ਪਹੁੰਚਦੀ ਹੈ। ਪੁਲਿਸ ਅਧਿਕਾਰੀ ਪਹੁੰਚਦੇ ਨੇ, ਮਾਮਲੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ ਹੈ। ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾੜਾ ਨੇ ਕਿਹਾ ਕਿ ਕਾਂਗਰਸੀ ਐਮਸੀ ਸੁਨੀਤਾ ਰਾਣੀ ਦੇ ਬੇਟੇ ਨਕੁਲ ਮਹਾਜਨ, ਜੋ ਕਿ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਹਨ, ਉਹਨਾਂ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਵਿਦੇਸ਼ ਨੰਬਰੀ ਤੋਂ ਧਮਕੀਆਂ ਆ ਚੁੱਕੇ ਨੇ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਘਰ ਉੱਪਰ ਗੋਲੀ ਚਲਾਉਣ ਵਾਲਾ ਨੌਜਵਾਨ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤੁਸੀਂ ਵੀ ਸੁਣੋ ਕਿ ਹੋਰ ਕੀ ਕਿਹਾ ਰਿਪੋਰਟਰ ਜੋਗਿੰਦਰ ਪਾਲ ਦੀ ਰਿਪੋਰਟ ਲਾਈਵ ਭਾਰਤ। ਇਹ ਵਾਰਦਾਤ ਭਾਜੀ ਕੋਈ ਤਕਰੀਬਨ 10:30 ਤੋਂ 11:15 ਦੇ ਵਿੱਚ ਦੀ ਗੱਲ ਹੈ ਤੇ ਵੀਡੀਓ 'ਚ ਦੋ ਜਾਣੇ ਨੇ ਜਿਹੜੇ ਐਕਟਿਵਾ ਦੇ ਆਏ ਨੇ ਤੇ ਆ ਕੇ 4 ਜਾਂ 5 ਉਹਨਾਂ ਨੇ ਫਾਇਰ ਕੀਤੇ ਨੇ। ਅਸੀਂ ਅੰਦਰ ਸੀ, ਲੇਟੇ ਹੋਏ, ਸਾਨੂੰ ਲੱਗਾ ਇੱਕ ਲਾਗੇ ਫੰਕਸ਼ਨ ਵੀ ਸੀ, ਕੋਈ ਪਟਾਕੇ ਵਗੈਰਾ ਨੇ ਚਲਾ ਰਿਹਾ ਹੋਏ। ਬਾਹਰ ਆ ਕੇ ਦੇਖਿਆ ਜੀ, ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:08 ਤੇ 2:07 ਮੈਸੇਜ ਵੀ ਆਇਆ ਸੀ, ਸਿੰਪਲ ਐਚ ਲਿਖਿਆ। ਮੈਂ ਉਹ ਵੀ ਇਗਨੋਰ ਕੀਤਾ। ਸਵੇਰੇ ਜਦੋਂ ਸਫਾਈ ਵਾਲਾ ਲੜਕਾ ਆਇਆ, ਉਹਨੇ ਆ ਕੇ ਦੇਖਿਆ ਗਿਆ ਚੀਜ਼ ਆ, ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ, ਸਾਹਮਣੇ ਕੰਧਾਂ 'ਤੇ ਵੀ ਫਾਇਰ ਵੱਜੇ ਹੋਏ ਸੀ। ਇਹ ਹੁਣ ਇਨਵੈਸਟੀਗੇਸ਼ਨ ਪੁਲਿਸ ਕਰੂਗੀ ਤਾਂ ਪਤਾ ਲੱਗੂਗਾ। 10:30 ਤੋਂ 11:15 ਦੇ ਕਰੀਬ ਦੇ ਵਿੱਚ ਹੈਗੀ, ਸਵੇਰੇ ਮੈਨੂੰ 7 ਵਜੇ ਪਤਾ ਲੱਗਾ। ਨਕੁਲ ਜੀ, ਕੀ ਕਾਰਨ ਬਣਦੇ ਹੋ ਜੋ ਇਹ ਸਾਡੇ ਤੇ ਇਹ ਕਾਫੀ ਗੋਲੀਆਂ ਦੇ ਜਿਹੜੇ ਥੱਲੇ ਉਹ ਪਏ ਆ, ਖੋਲ ਪਏ ਆ, ਇੱਧਰ ਪਏ ਆ, ਅੰਦਰ ਵੀ ਪਏ ਆ, ਬਾਹਰ ਵੀ ਪਏ ਆ, ਕੀ ਲੱਗਦੇ ਹੋ ਕਿ ਉਹ ਅਟੈਕ ਕਰਨ, ਮਤਲਬ ਖਤਮ ਕਰਨ ਆਏ ਸੀ ਜਾਂ ਕਿੱਦਾਂ? ਕਿਹੜੀ ਜਿੰਨੇ ਗੋਲੀ ਚਲਾਣੀ ਉਹਨੇ ਅਟੈਕ ਕਰਨ ਹੀ ਆਣਾ ਭਾਜੀ। ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ। ਪਹਿਲਾਂ ਵੀ ਕਾਫੀ ਕੰਪਲੇਂਟ ਕੀਤੀਆਂ ਹੋਈਆਂ, ਪਤਾ ਲਗਭਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ। SSP ਸਾਹਿਬ ਦੀ ਪੇਸ਼ ਹੋਈ ਸੀ, ਇੱਕ ਮੇਰੀ ਦੁਕਾਨ ਤੇ ਵੀ ਆਈ ਸੀ, ਉਹ ਵੀਡੀਓ ਵੀ ਮੇਰੇ ਕੋਲ ਪਈ ਇਸ ਟਾਈਮ, ਉਹ ਵੀ ਆਪਾਂ ਦਿੱਤੀ ਸੀ ਵਿਦ ਵੀਡੀਓ SHO ਸਾਹਿਬ ਨੂੰ। ਤੇ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ 'ਚ ਹਿਰਾਸਤ 'ਚ ਰਿਹਾ, ਅਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ। ਉਦੋਂ ਇੱਕ ਨਿਊਜ਼ 'ਚ ਦਿੱਤਾ ਸੀ ਪੁਲਿਸ ਵੱਲੋਂ ਕਿ 15-16 ਕੇਸਾਂ 'ਚ ਮੁੰਡਾ ਵਾਂਟਿਡ ਹੈਗਾ, ਤੇ ਉਹੀ ਮੁੰਡਾ ਬਾਅਦ 'ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ, ਫਿਰ ਪੁਲਿਸ ਦੀ ਮਿਲੀ ਭਗਤ ਨੇ ਬਾਹਰ ਗਿਆ। ਉਹ ਕੋਈ ਨਹੀਂ ਪਹੁੰਚਿਆ ਸਰ, 1.5 ਘੰਟਾ ਹੋ ਗਿਆ ਕਾਲ ਕੀਤੀ, ਕੋਈ ਨਹੀਂ ਪਹੁੰਚਿਆ। ਜਿਹੜੇ ਲੀਡਰ ਬਣੇ ਉਹਨਾਂ ਕੋਲ ਵੈਸੇ ਕੋਈ ਗੱਲ ਨੀ, ਮੰਗ ਕਰੀਏ ਕਿਹਦੇ ਕੋਲ? ਆਮ ਬੰਦੇ ਨਾਲ ਕਿਹਦੇ ਨਾਲ ਕੀ ਨੀ ਹੋ ਰਿਹਾ। ਹੁਣ ਜਦੋਂ ਨਵੀਂ ਸਰਕਾਰ 11 ਮਾਰਚ ਨੂੰ ਬਣੀ ਸੀ, 15 ਮਾਰਚ ਨੂੰ ਸ਼ਹਿਰ 'ਚ 2 ਦੁਕਾਨਾਂ ਟੁੱਟੀਆਂ, ਕੀ ਬਣ ਗਿਆ ਉਹਨਾਂ ਦਾ ਅੱਜ ਤੱਕ? ਉਹ ਸਾਰੇ ਮੁੰਡੇ ਬਾਹਰ ਨੇ ਜਿਹਨਾਂ ਨੇ ਕੀਤਾ, ਉਹ ਸਾਰੇ ਮੁੰਡੇ ਬਾਹਰ ਨੇ, ਕੋਈ ਵੀ ਇੱਥੇ ਜਿਹੜੇ ਜਿਹੜੇ ਕੇਸ 'ਚ ਇਨਵੋਲਵ ਸਾਰੇ ਬਾਹਰ ਨੇ, ਕੋਈ ਵੀ ਲੋਕਲ ਨਹੀਂ ਹੈਗਾ। ਨਕੁਲ ਮਹਾਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ 2 ਵਾਰ ਦੇ ਹਲਕਾ ਪ੍ਰਧਾਨ ਨੇ, ਮਦਰ ਇਹਨਾਂ ਦੇ 2 ਵਾਰ ਦੇ ਕੌਂਸਲਰ ਨੇ ਇੱਥੋਂ। ਸੋ ਰਾਤ ਨੂੰ ਕੁਝ ਕਰੀਬ 10:30 ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟਿਵਾ ਦੇ, CCTV ਅਸੀਂ ਹੁਣ ਫਰੋਲੀ ਆ, ਕੁਛ 2 ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰਕੇ ਆਉਂਦੇ ਵਾ, ਫਾਇਰ ਕੀਤੇ ਨੇ 2 ਖੋਲ ਜਿੰਦਾ ਜਦੋਂ ਕਰਦੇ ਸੀ ਪਿਸਟਲ ਤੋਂ, 2 ਖੋਲ ਜਿੰਦੇ ਨੇ ਜਿੰਦਾ ਕਾਰਤੂਸ ਦੇ, 3 ਖੋਲ ਉਹ ਪਏ ਨੇ ਜਿਹੜੇ ਖਾਲੀ ਖੋਲ ਨੇ। ਸੋ ਉਸ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇੱਥੇ ਗੋਲੀਆਂ ਚੱਲੀਆਂ, ਉਹ ਘਰ ਅੰਦਰ ਤੱਕ ਚੱਲੀਆਂ। ਕਿੰਨੇ ਫਾਇਰ ਕੀਤੇ? ਫਾਇਰ 2-3 ਖੋਲ ਤੇ ਆ ਪਏ ਨੇ ਤੇ ਬਾਕੀ 2 ਇਹ ਪਏ ਨੇ। ਸੋ ਕਹਿਣ ਤੋਂ ਭਾਵ ਇਹ ਆ ਕਿ ਪਹਿਲਾਂ ਵੀ ਨਕੁਲ ਮਹਾਜਨ ਨੂੰ ਥਰੈਟ
ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੋਇਆ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਟੈਕਸ਼ਨ ਨਾਲ ਸਿਕਿਉਰਿਟੀ ਦਿੱਤੀ ਹੋਈ ਹੈ, ਇਹਨੂੰ ਵੀ ਦਿੱਤੀ ਹੋਈ ਹੈ। ਪਹਿਲਾਂ ਵੀ ਉਹਨਾਂ ਨੇ ਸੱਜੇ ਖੱਬਿਓਂ ਅੱਜ ਤੋਂ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ, ਦੇਖਣਾ ਦੇਖਣਾ। ਚਲੋ ਜਦੋਂ ਦੇਖਣਾ ਵਾ ਉਹ ਗੁਰੂ ਮਹਾਰਾਜ ਦੇ ਹੱਥ ਆ, ਜਦੋਂ ਦੇਖਣਾ ਵਾ ਜਿਹਨੇ ਦੇਖਣਾ ਦੇਖ ਲਏ। ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ DSP ਸਿਟੀ ਦੇ SHO ਸਿਟੀ ਨੂੰ ਕਾਲ ਕੀਤੀ ਆ ਕਿ ਨਕੁਲ ਮਹਾਜਨ ਦੇ ਘਰ ਰਾਤ ਦੀਆਂ SHO ਸਾਹਿਬ DSP ਸਾਹਿਬ ਗੋਲੀਆਂ ਚੱਲ ਗਈਆਂ। ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਟਾਈਮ ਹੋ ਗਿਆ ਹੁਣ 9:15 ਹੋ ਗਿਆ, ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ, ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਇਆ, ਕਿਉਂਕਿ ਉਹਨਾਂ ਨੂੰ ਤਾਂ ਆ ਜਾ ਕੇ ਇੱਥੋਂ ਦੇ ਅਖੌਤੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਆ, ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ, ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ। ਹੁਣ SSP ਮੈਂ MLA ਸਾਹਿਬ ਨੂੰ ਕਾਲ ਕੀਤੀ, ਉਹ ਚੰਡੀਗੜ੍ਹ, ਹੁਣ SSP ਸਾਹਿਬ ਨੂੰ ਵੀਡੀਓ ਭੇਜੀ ਆ, ਉਹ VC 'ਚ ਬੈਠੇ ਨੇ ਅਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ SSP ਦਾ। ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ, ਅਜੇ ਤੱਕ ਕੋਈ ਵੀ ਮੁਲਾਜ਼ਮ ਤੁਹਾਡੇ ਸਾਹਮਣੇ, ਤੁਸੀਂ ਪਹੁੰਚ ਗਏ ਹੋ ਮੇਰਾ ਖਿਆਲ ਵੱਖ ਵੱਖ ਪਿੰਡਾਂ ਤੋਂ ਆਏ। ਸਾਨੂੰ ਸਵੇਰੇ ਸੂਚਨਾ ਮਿਲੀ ਕਰੀਬ ਕੋਈ 8:15 ਵਜੇ ਕਰੀਬ ਕਿ ਨਕੁਲ ਮਹਾਜਨ ਜੀ ਨੇ ਆਪਣੇ ਕਾਂਗਰਸ ਦੇ ਅਹੁਦੇਦਾਰ ਨੇ ਅਤੇ ਉਹਨਾਂ ਦੇ ਮਾਤਾ MC ਨੇ ਉਹਨਾਂ ਦੇ ਮਹੱਲਾ ਇੱਥੇ ਪਿੰਡ ਗੋਪਾਲ ਨਗਰ ਬਰਹਾਮਪੁਰ ਰੋਡ ਦੇ ਅਤੇ ਉੱਥੇ ਗੋਲੀ ਚੱਲੀ ਹੈ। ਉਸ ਸੰਬੰਧ 'ਚ ਅਸੀਂ ਮੌਕੇ 'ਤੇ ਪਹੁੰਚੇ, ਮੌਕਾ ਵੇਖਿਆ ਵਾ ਅਤੇ ਜੋ ਵੀ ਗੋਲੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨ ਰਾਹੀਂ ਕੈਪਚਰ ਕੀਤੇ ਅਤੇ 2 ਰਾਊਂਡ ਜਿੰਦਾ ਨੇ ਅਤੇ 1 ਅਤੇ 3 ਰਾਊਂਡ ਜਿਹੜੇ ਚੱਲੇ ਹੋਏ ਨੇ ਉਹ ਨੇ ਅੱਗੇ 2 ਜਿਹੜੇ 7 ਨੂੰ ਬੁਲਟ ਲੱਗੇ ਆ, 2 ਬੁਲਟ ਵੀ ਕਬਜ਼ੇ 'ਚ ਲਏ ਅਗਲੇ ਅਤੇ ਬਾਕੀ ਸੀਨੀਅਰ ਅਫਸਰ ਧਿਆਨ ਵਿੱਚ ਲਿਆ ਦਿੱਤਾ ਗਿਆ। ਜੋ CCTV ਵਗੈਰਾ ਚੈੱਕ ਕਰਕੇ ਜੋ ਵੀ ਡੰਪ ਵਗੈਰਾ ਖਾਵੇ, ਜਿਹੜਾ ਵੀ ਰਾਤ ਇੱਧਰ ਕੋਈ ਸ਼ੱਕੀ ਵਿਅਕਤੀ ਆਇਆ ਜਿਹੜੇ ਗੋਲੀਆਂ ਚੱਲਦੇ CCTV ਫੁਟੇਜ ਵੀ ਦੇਖੀ ਗਈ, ਹੋਰ ਉਹਨੂੰ ਡੂੰਘਾਈ ਨਾਲ ਵਾਚ ਕੇ ਅਤੇ ਫੋਰੈਂਸਿਕ ਲੈਬ ਦੀ ਮਦਦ ਨਾਲ ਜੋ ਵੀ ਜਬਾਨੀ ਕਾਰਵਾਈ ਆਪਾਂ ਕਰ ਰਹੇ ਹਾਂ। ਵੈਸੇ ਤਾਂ ਤਾਂ CCTV ਫੁਟੇਜ ਵੇਚੀ ਜਾਵੇ 10-40 ਮਿੰਟ ਦੀ ਇਹ ਫੁਟੇਜ ਹੈ, CCTV ਫੁਟੇਜ ਆਉਂਦੀ ਹੈ। ਸਵੇਰੇ 8:15 ਦੇ ਕਰੀਬ ਸਾਨੂੰ ਪਤਾ ਲੱਗਣਾ ਅਸੀਂ ਤੁਰੰਤ ਆ ਗਏ ਹਾਂ। ਥੋੜ੍ਹੇ ਜਿਹੇ ਮੁਹੱਲੇ ਦੇ ਵਿਚਕਾਰ ਕਰਕੇ, ਸ਼ਹਿਰ ਦੇ ਵਿਚਕਾਰ ਕਰਕੇ ਗਲੀਆਂ ਛੋਟੀਆਂ ਨੇ ਅਤੇ ਪੈਦਾ ਹੋਣਾ ਪੈਂਦਾ ਗੱਡੀ ਬਾਹਰ ਖੜੀ ਕਰਨੀ ਰੋਡ ਦੇ ਕਰਕੇ, ਅਤੇ ਫਿਰ 15-20 ਮਿੰਟ ਇਹ ਲੱਗ ਜਾਂਦੇ, ਹੋਰ ਕੋਈ ਲੇਟ ਨਹੀਂ।